ਸਤਿਗੁਰੂ ਜੀ ਪੰਜਾਬੀ ਗੁਰਨਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਭਾਤਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ, ਉਸ ਤੋਂ ਬਾਅਦ ਗੱਲ ਕਰਾਂਗੇ ਵਿਸਥਾਰ ਦੇ ਨਾਲ। ਬਾਈਬਲ ਗੋਲੀ ਕਾਂਡ 'ਚ ਨਵਾਂ ਮੋੜ, ਸੁਹੇਲ ਬਰਾੜ ਦੀ ਗ੍ਰਿਫਤਾਰੀ ਨਾਲ ਹੋਣਗੇ ਵੱਡੇ ਖੁਲਾਸੇ। ਮੋਦੀ ਨੂੰ ਪਸੰਦ ਆਈ ਕੈਪਟਨ ਦੀ ਰਣਨੀਤੀ, ਰੱਜ ਕੇ ਕੀਤੀ ਸ਼ਲਾਘਾ। ਕੈਪਟਨ ਦੇ ਦਰਬਾਰ ਪਹੁੰਚਿਆ ਸਿੱਧੂ ਮੂਸੇਵਾਲੇ ਦਾ ਕੇਸ। ਪ੍ਰਾਈਵੇਟ ਲੈਬੋਰਟਰੀਆਂ 'ਚ ਕੋਰੋਨਾ ਦੀ ਨੈਗੇਟਿਵ ਪੋਜ਼ਿਟਿਵ, ਖੇਡ ਨੇ ਉਲਝਾਏ ਅੰਮ੍ਰਿਤਸਰੀਏ। ਚੀਨ ਜਿੱਦ ਤੇ ਅੜਿਆ, ਪਿੱਛੇ ਹਟਣ ਤੋਂ ਇਨਕਾਰ, ਕਮਾਂਡਰਾਂ ਦੀ ਬੈਠਕ ਬੇਨਤੀਜਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਵਿੱਚ ਬਹੁਤ ਚਰਚਿਤ ਬਾਈਬਲ ਗੋਲੀ ਕਾਂਡ ਨੇ ਨਵਾਂ ਮੋੜ ਲੈ ਲਿੱਤਾ ਤੇ ਕੱਲ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਫਰੀਦਕੋਟ ਦੇ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿੱਤਾ। ਸੋ ਵਿਸ਼ੇਸ਼ ਜਿਹੜੀ ਜਾਂਚ ਟੀਮ ਸਿੱਟ ਤਿਆਰ ਕੀਤੀ ਗਈ ਹੈ ਤੇ ਉਹਨਾਂ ਦੇ ਜੋ ਮੈਂਬਰ ਨੇ IG ਕੰਵਰ ਵਿਜੇ ਪ੍ਰਤਾਪ ਸਿੰਘ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਸੀਂ ਭਾਈ ਐਡਵੋਕੇਟ ਸਾਹਿਬ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਮੰਨਿਆ ਇਹ ਜਾ ਰਿਹਾ ਕਿ ਹੁਣ ਸੁਹੇਲ ਸਿੰਘ ਬਰਾੜ ਦੀ ਗ੍ਰਿਫਤਾਰੀ ਨਾਲ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਸੋ ਤੁਹਾਨੂੰ ਯਾਦ ਹੋਣਾ ਕਿ ਕਾਫੀ ਪੁਰਾਣਾ ਮਸਲਾ ਸੀ, ਪੰਜਾਬ ਦੇ ਇਲੈਕਸ਼ਨ ਉਸ ਵਕਤ ਸਿਰ ਦੇ ਉੱਪਰ ਸਨ ਜਦੋਂ ਬਾਈਬਲ ਦੇ ਵਿੱਚ ਗੋਲੀ ਕਾਂਡ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਜਿੱਥੇ ਸਿੱਖ ਸ਼ਰਧਾਲੂ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ। ਉਸ ਵਕਤ ਪੰਜਾਬ ਪੁਲਿਸ ਵੱਲੋਂ ਉੱਥੇ ਗੋਲੀ ਚਲਾਉਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ, ਜਿਸ ਵਿੱਚ ਕੁਝ ਲੋਕ ਸ਼ਹੀਦ ਹੋ ਗਏ ਸਨ। ਸੋ ਯਾਦ ਰਹੇ ਕਿ ਬਰਾੜ ਦੀ ਜੋ ਲਾਇਸੈਂਸੀ ਰਫਲ ਹੈ ਉਹ ਪੁਲਿਸ ਨੇ ਕਥਿਤ ਜਿਪਸੀ ਦੇ ਗੋਲੀਆਂ ਮਾਰਨ ਵਾਸਤੇ ਵਰਤੀ ਸੀ। ਪੁਲਿਸ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਸੀ ਕਿ ਜਿਪਸੀ ਦੇ ਗੋਲੀਆਂ ਧਰਨਾਕਾਰੀਆਂ ਵੱਲੋਂ ਮਾਰੀਆਂ ਗਈਆਂ ਨੇ ਤੇ ਪੁਲਿਸ ਨੇ ਸਹਿਵੇ ਰੱਖਿਆ ਲਈ ਫਾਇਰਿੰਗ ਕੀਤੀ ਸੀ ਕਿ ਧਰਨਾਕਾਰੀਆਂ ਦੇ ਕੋਲ ਵੀ ਹਥਿਆਰ ਸੀ ਤੇ ਉਹਨਾਂ ਨੇ ਪੁਲਿਸ ਦੇ ਉੱਪਰ ਪਹਿਲਾਂ ਫਾਇਰਿੰਗ ਕੀਤੀ ਹੈ ਤੇ ਜਵਾਬੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ। ਸੋ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੱਕ ਵੱਡਾ ਜੋ ਰੋਸ ਸੀ ਉਹ ਸੰਗਤਾਂ ਬਾਈਬਲ ਕਲਾਂ ਦੇ ਵਿੱਚ ਦੇ ਰਹੀਆਂ ਸਨ। ਧਰਨਾ ਲੱਗਿਆ ਹੋਇਆ ਸੀ ਤੇ ਜਿੱਥੇ ਪੁਲਿਸ ਨੇ ਗੋਲੀਆਂ ਦੇ ਨਾਲ ਉਹ ਜਦੋਂ ਗੋਲੀਆਂ ਚੱਲੀਆਂ ਤਾਂ ਇਸ ਗੋਲੀ ਕਾਂਡ ਦੇ ਵਿੱਚ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਨਾਂ ਦੇ ਦੋ ਨੌਜਵਾਨ ਸਨ ਜਿਨ੍ਹਾਂ ਦੀ ਮੌਤ ਦੀ ਖਬਰ ਨਿਕਲ ਕੇ ਆਈ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਮੌਤ ਨੂੰ ਪੁਲਿਸ ਵੱਲੋਂ ਜਾਇਜ਼ ਠਹਿਰਾਉਣ ਦਾ ਦਾਅਵਾ ਕੀਤਾ ਗਿਆ ਸੀ ਕਿ ਇਹ ਬਿਲਕੁਲ ਸਹੀ ਗੋਲੀਆਂ ਜੋ ਹੋਈ ਹੈ ਮੌਤ ਇਹ ਬਿਲਕੁਲ ਠੀਕ ਹੋਈ ਹੈ, ਪਰ ਉੱਥੇ ਹੀ ਦੂਜੇ ਪਾਸੇ ਬਾਈਬਲ ਦੇ ਵਿੱਚ ਇਕੱਠੀ ਹੋਈ ਭੀੜ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਉਹਨਾਂ ਨੇ ਸਬੂਤ ਦੇ ਵਜੋਂ ਇਹ ਜਿਪਸੀ ਅਦਾਲਤ ਦੇ ਵਿੱਚ ਪੇਸ਼ ਕੀਤੀ, ਸਰਕਾਰ ਨੂੰ ਪੇਸ਼ ਕੀਤਾ ਕਿ ਇਹ ਜਿਪਸੀ ਨੂੰ ਦੇਖੋ ਜੀ ਤੇ ਗੋਲੀਆਂ ਚੱਲੀਆਂ ਗਈਆਂ, ਇਸ ਕਰਕੇ ਅਸੀਂ ਆਪਣੇ ਸਹਿਵੇ ਰੱਖਿਆ ਵਾਸਤੇ ਗੋਲੀਬਾਰੀ ਕੀਤੀ ਹੈ। ਹੁਣ ਬਣਾਈ ਹੋਈ ਸਿੱਟ ਨੇ ਆਪਣੀ ਰਿਪੋਰਟ ਪੜਤਾਲ ਕਰਕੇ ਦੱਸੀ ਹੈ ਤੇ ਪੁਲਿਸ ਨੇ ਜਿਪਸੀ ਦੇ ਉੱਪਰ ਗੋਲੀਆਂ ਲੋਕਾਂ ਨੇ ਨਹੀਂ ਚਲਾਈਆਂ। ਉਹਨਾਂ ਨੇ ਕਿਹਾ ਕਿ ਇਹ ਗੋਲੀਆਂ ਲੋਕਾਂ ਵੱਲੋਂ ਨਹੀਂ ਚਲਾਈਆਂ ਗਈਆਂ, ਬਲਕਿ ਪੁਲਿਸ ਨੇ ਖੁਦ ਗੋਲੀਆਂ ਚਲਾ ਦਿੱਤੀਆਂ ਤੇ ਇਹ ਗੋਲੀਆਂ ਜਿਹੜੀਆਂ ਇਹਨਾਂ ਦੀ ਘਟਨਾ ਉਸ ਘਟਨਾ ਵਾਲੇ ਸਥਾਨ ਦੇ ਉੱਪਰ ਨਹੀਂ ਗੋਲੀਆਂ ਚੱਲੀਆਂ। ਇਹ ਗੋਲੀਆਂ ਬੜੇ ਹੀ ਇੱਕ ਖਾਸ ਢੰਗ ਦੇ ਨਾਲ ਫਰੀਦਕੋਟ ਦੀ ਇੱਕ ਵਰਕਸ਼ਾਪ ਦੇ ਵਿੱਚ ਲਿਜਾ ਕੇ ਜਿਪਸੀ ਨੂੰ ਉੱਥੇ ਇਹਦੇ 'ਤੇ ਗੋਲੀਆਂ ਚਲਾ ਦਿੱਤੀਆਂ ਤਾਂ ਜੋ ਸਬੂਤ ਵਜੋਂ ਪੇਸ਼ ਕੀਤਾ ਜਾ ਸਕੇ। ਸੁਹੇਲ ਸਿੰਘ ਬਰਾੜ ਨੂੰ ਫਰਵਰੀ 2019 'ਚ ਜਾਂਚ ਟੀਮ ਨੇ ਗਵਾਹ ਦੇ ਵਾਸਤੇ ਲਿਆ ਸੀ, ਗਵਾਹ ਵਜੋਂ ਆਪਣੇ ਨਾਲ ਜੋੜਿਆ ਸੀ ਤੇ ਅਦਾਲਤ ਨੇ ਉਸ ਨੂੰ 164 CRPC ਦੇ ਤਹਿਤ ਬਿਆਨ ਦਰਜ ਕਰਨ ਦੇ ਵਾਸਤੇ ਕਰਵਾਇਆ ਸੀ। ਪਰੰਤੂ ਪੁਲਿਸ ਦੀ ਗੱਲ ਕੀਤੀ ਤਾਂ ਸੁਹੇਲ ਸਿੰਘ ਬਰਾੜ ਨੂੰ ਜਿਹੜਾ ਕਿ ਨਾਮਜ਼ਦ ਕੀਤਾ ਗਿਆ, ਮੁਲਜ਼ਮ ਵੱਲੋਂ ਨਾਮਜ਼ਦ ਕਰ ਲਿੱਤਾ ਗਿਆ ਕਿ ਇਹ ਮੁਲਜ਼ਮ ਹੈ। ਸੋ ਹੁਣ ਦੱਸਿਆ ਜਾ ਰਿਹਾ ਕਿ ਸੁਹੇਲ ਸਿੰਘ ਬਰਾੜ ਦੇ ਜੋ ਰਿਸ਼ਤੇ ਨੇ ਉਹ ਅਕਾਲੀ ਦਲ ਦੇ ਨਾਲ ਵੀ ਚੰਗੇ ਆ, ਕਾਂਗਰਸੀਆਂ ਨਾਲ ਵੀ ਚੰਗੇ ਆ। ਹੁਣ ਦੋਵੇਂ ਪਾਸੇ ਰਿਸ਼ਤੇ ਨੇ, ਪਰ ਉੱਥੇ ਹੀ ਗੱਲ ਇੱਕ ਜਿਹੜੀ ਹੁਣ ਹੈਰਾਨੀ ਦੀ ਹੈ ਇਹ ਹੈ ਕਿ ਪੰਜਾਬ ਦੇ ਵਿੱਚ 3 ਸਾਲ 3.5 ਸਾਲ ਜਿਹੜੀ ਸਰਕਾਰ ਹੈ ਉਹ ਭਾਈ ਆਪਣਾ ਕਾਰਜਕਾਲ ਕਰ ਚੁੱਕੀ ਹੈ, ਟਾਈਮ ਰਹਿ ਗਿਆ 1.5 ਸਾਲ। 1.5 ਸਾਲ 'ਚ ਵੀ ਸਾਲ ਹੀ ਲਾ ਕੇ ਚੱਲੀਏ। ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਵਾਅਦਾ ਕੀਤਾ ਸੀ ਕਿ ਭਾਈ ਬਾਈਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਅਸੀਂ ਫਟਾਫਟ ਫੜ ਲਾਂਗੇ, ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਪਰ ਉਸ ਤੋਂ ਬਾਅਦ ਇਹ ਮਾਮਲਾ ਉਸੇ ਤਰ੍ਹਾਂ ਹੀ ਹਲੇ ਚੱਲੀ ਜਾਂਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਿੱਛੇ ਜੇ ਥੋੜ੍ਹਾ ਜਿਹਾ ਕੁਛ ਦਿਖਾਇਆ ਸੀ ਕਰੰਟ ਜਿਹਾ, ਪਰ ਉਹ ਵੀ ਫਿਰ ਮੁੜ ਕੇ ਕਹਿੰਦੇ ਜੀ ਕਾਫੀ ਕਿੰਤੂ ਪਰੰਤੂ ਹੋਈ ਹੈ। ਕਹਿੰਦੇ ਜੀ ਸਿੱਟ ਦੇ ਜਿਹੜੇ ਜਾਂਚ ਦੇ ਵੱਡੇ ਅਧਿਕਾਰੀ ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਹੁੰਦਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲੇ ਰਿਪੋਰਟ ਕੱਢ ਕੇ ਲਿਆਉਂਦੇ ਆ, ਇਹ ਕਿੱਥੋਂ ਲਿਆਉਂਦੇ। ਸੋ ਕਾਫੀ ਦਿਨ ਇਹ ਗੱਲਾਂ ਆਪਾਂ ਸੁਣੀਆਂ ਸੀ।
पर हुण पंजाब दे विच एक वार फिर बाइबल गोली कांड जिहड़ा मामला वह फिर तूल फड़ चुकिया है। क्यों फड़ गया ये आपां नूं हले आने वाले टाइम च पता लग जूगा क्योंकि पंजाब च इलैक्शन आ गए तो एक बार फिर ये जिहड़ा मामला है तूल फड़दा नजर आ रहा। हुण आपां लै चलदे आ तुहानूं दिल्ली दे विच जिथे देश दे प्रधानमंत्री नरेंद्र मोदी ने मंगलवार ते बुधवार वाले दिन सूबियां दे जिन्ने भी मुख्यमंत्री सारिआं नाल बह के भाई वीडियो कॉन्फ्रेंसिंग की है कोविड-19 नूं लैके देश दे प्रधानमंत्री ने पहली बार कि 6 बार गल कर ली इस कोरोना वायरस नूं खत्म करने वास्ते जिथे पंजाब नूं हमेशा ही पिछे रखिआ जांदा सी। काफ़ी बार ये होया खबरां दे विच आउंदा सी कि कैप्टन अमरिंदर सिंह नूं बोलण दा मौका नहीं दिता गया, कैप्टन अमरिंदर सिंह दी गल नहीं सुनी गई, पर ऐतकी कैप्टन अमरिंदर सिंह ने पहली गेंद ते कह लो छक्का मारता। छक्का किवें मारता? नरेंद्र मोदी साहब नूं पंजाब दा जिहड़ा मॉडल है वह पसंद आ गया। मोदी साहब कहिंदे भी इह जिहड़ा मॉडल कैप्टन अमरिंदर सिंह दा है इस नूं सारे सूबिआं नूं अपनाउणा चाहीदा, एक ग्रुप तैयार किया जाऊगा, सारे नूं इस ग्रुप दे विच लिया जाऊगा भी पंजाब कोरोना नूं खत्म करन विच किवें लगी हुई है। हुण जिथे मुख्यमंत्री साहब ने यह किया कि पंजाब च कोविड नूं असीं छेती छेती खत्म करांगे, उत्थे ही हुण प्रधानमंत्री साहब ने इहदी शलाघा करती, सोने ते सुहागे वाली गल हो गई। हुण सोने ते सुहागे वाली गल तां हो गई, पर जिथे पंजाब दे विच भाईवाल सरकार श्रोमणी अकाली दल दी भारतीय जनता पार्टी सेंटर च बैठी है, सेंटर च बैठी मोदी सरकार कांग्रेस की तरीफा कर लग पी तो हुण अकाली दल चों कौन बोलूगा, एक वड्डी गल बन गई है। क्योंकि इस तो पहला बिक्रम मजीठिया साहब ने पंजाब के सेहत मंत्री सिद्धू साहब जिहड़े खरड़ तो विधायक ने कांग्रेस पार्टी के सिद्धू साहब के उपर गल्लां कीतियां सी भी इन्हां नूं तो भाई WHO च भेजना चाहिए, इन्हां नूं डोनल्ड ट्रंप के कोल भेजना चाहिए क्योंकि पंजाब दे विच कोरोना वायरस बहुत तेजी नाल फैलिया तो एकदम इन्होंने कंट्रोल किवें कर लिया, किहड़ी जादू की छड़ी है पता नहीं। हुण वह बोल मजीठिया साहब दे एक कह लो जी कैप्टन अमरिंदर सिंह सरकार दे उपर पूरी तरह फिट हो गए। कैप्टन अमरिंदर सिंह सरकार भाई सोने के सुहागे वाली गल कर गई तो देश के प्रधानमंत्री नरेंद्र मोदी साहब ने पहली बार मैं काफ़ी टाइम बाद पहली बार सुने कि पंजाब की तारीफ जिहड़ी की हुण देश के प्रधानमंत्री नरेंद्र मोदी ने यह जिहड़ी तारीफ करती वह कहिंदे भाई किते जाण दी लोड़ नहीं, तुसीं ग्रुप बनाओ कोविड संबंधी जो रूल जो कानून तुसीं बना रहे हो सानू दसो असीं उन्हां सूबिआं च दसांगे। ਉਹ ਸੂਬਿਆਂ ਦੇ ਜਿਹੜੇ ਮੰਤਰੀ ਨੇ ਉਹ ਭਾਈ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ, ਤਾਲਮੇਲ ਕਰਨ, ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਰਿਹਾ, ਇਹ ਇੱਕ ਵੱਡੀ ਸ਼ਾਬਾਸ਼ੀ ਹੈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ। ਦੇਖੋ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਹੈ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਚਲੋ ਵਧੀਆ ਕਿਸੇ ਢੰਗ ਤਰੀਕੇ ਨਾਲ ਸਹੀ ਕੈਪਟਨ ਅਮਰਿੰਦਰ ਸਿੰਘ ਇਹ ਜਿਹੜੀ ਕੋਰੋਨਾ ਦੀ ਜੰਗ ਹੈ ਇਹ ਜਿੱਤਣ ਦੇ ਵਿੱਚ ਸਫਲ ਹੋ ਗਏ। ਸ਼ਾਇਦ ਹੁਣ ਭਾਈ ਅੱਗੇ ਵਿਧਾਨ ਸਭਾ ਵੋਟਾਂ ਦੇ ਵਿੱਚ ਇਸ ਇਸ਼ੂ ਨੂੰ ਵੀ ਆਪਾਂ ਸੁਣਾਂਗੇ, ਕਿਸੇ ਨਾ ਕਿਸੇ ਮੰਤਰੀ ਦੇ ਮੂੰਹ ਤੋਂ ਇਹ ਗੱਲ ਸੁਣਨ ਨੂੰ ਮਿਲੂਗੀ ਆਪਾਂ ਨੂੰ ਕਿ ਭਾਈ ਤੁਸੀਂ ਗੱਲਾਂ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀਆਂ, ਤੁਸੀਂ ਗੱਲਾਂ ਕਰਦੇ ਹੋ ਭਾਰਤੀ ਜਨਤਾ ਪਾਰਟੀ ਦੀਆਂ, ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਪਾਰਟੀ ਦੀਆਂ, ਪਰ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਹੀ ਜਿਹੜੇ ਸਾਡੇ ਦੇਸ਼ ਦੇ PM ਨੇ ਉਹਨਾਂ ਨੇ ਸਾਡੀ ਤਾਰੀਫ ਕੀਤੀ ਵੀ ਕੰਮ ਤਾਂ ਤੁਸੀਂ ਕੀਤਾ ਸਾਰਿਆਂ ਨਾਲੋਂ ਚੰਗਾ। ਚਲੋ ਖੈਰ ਆਪਾਂ ਹੁਣ ਇੱਕ ਹੋਰ ਪੰਜਾਬ ਦੇ ਵਿੱਚ ਜਿਹੜਾ ਭਖਦਾ ਮੁੱਦਾ ਹੈ ਉਸ ਦੇ ਉੱਪਰ ਗੱਲ ਕਰਦੇ ਹਾਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਗਾਇਕਾਂ ਨੂੰ ਅਕਸਰ ਗਾਣਿਆਂ ਕਰਕੇ ਜਾਣਿਆ ਜਾਂਦਾ, ਗੀਤ ਸੰਗੀਤ ਕਰਕੇ ਜਾਣਿਆ ਜਾਂਦਾ। ਹੁਣ ਕੋਵਿਡ-19 ਦੇ ਖਤਰੇ ਦੇ ਵਿੱਚ ਕਈ ਜਿਹੜੇ ਕਲਾਕਾਰ ਸੀ ਉਹਨਾਂ ਨੇ ਕਾਫ਼ੀ ਗਰੀਬ ਲੋਕਾਂ ਦੀ ਮਦਦ ਕੀਤੀ ਹੈ, ਇਸ ਕਰਕੇ ਜਾਣਿਆ ਜਾਂਦਾ। ਪਰ ਸਭ ਤੋਂ ਵੱਧ ਜਾਣਿਆ ਜਾਂਦਾ ਹੁਣ ਕਲਾਕਾਰਾਂ ਨੂੰ ਵਿਵਾਦ ਦੇ ਨਾਲ, ਸਿੱਧੂ ਮੂਸੇਵਾਲੇ ਨਾਲ ਪਹਿਲੇ ਦਿਨ ਤੋਂ ਵਿਵਾਦ ਤੁਰੇ ਫਿਰਦੇ ਆ। ਪਰ ਸਿੱਧੂ ਮੂਸੇਵਾਲੇ ਦੀ ਇੱਕ ਹੁਣ ਹੋਰ ਨਵੀਂ ਮੁਸੀਬਤ ਵੱਧ ਗਈ ਹੈ, ਜਿੱਥੇ ਦਾ ਪਹਿਲਾਂ ਉਹਨਾਂ ਨੇ ਭਾਈ ਆਰਮਰ ਐਕਟ ਦੀ ਉਲੰਘਣਾ ਕੀਤੀ, ਆਪਦਾ ਪ੍ਰਬੰਧਕ ਦੀ ਉਲੰਘਣਾ ਕੀਤੀ, 188 ਦਾ ਪਰਚਾ, ਉਸ ਤੋਂ ਬਾਅਦ ਉਹਨਾਂ ਦੇ ਉੱਪਰ ਹੋਰ ਕਈ ਇੱਦਾਂ ਦੀਆਂ ਧਾਰਾਂ ਲੱਗ ਗਈਆਂ ਅਤੇ ਕੋਰਟ ਦੇ ਵਿੱਚ ਕੇਸ ਚਲਿਆ ਗਿਆ। ਫਿਰ ਉਸ ਤੋਂ ਬਾਅਦ ਕੁਝ ਵਕੀਲਾਂ ਨੇ ਰਲ ਕੇ ਚੰਡੀਗੜ੍ਹ ਹਾਈ ਕੋਰਟ ਕੇਸ ਕਰ ਲਿਆ, ਉਹਨਾਂ ਨੇ ਵੀ ਜ਼ੋਰ ਲਾਇਆ, ਚੱਲੀ ਵੀ ਜਾਂਦਾ ਕੰਮ ਹਲੇ। ਪਰ ਸਿੱਧੂ ਮੂਸੇਵਾਲੇ ਨੇ ਗਾਣਾ ਰਿਲੀਜ਼ ਹੋਇਆ, ਗਾਣਾ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆਨਲਾਈਨ ਕਰਕੇ ਪਤਾ ਨਹੀਂ ਭਾਈ ਉਹਨਾਂ ਨੇ ਜਾਣ ਕੇ ਕਿਹਾ ਕਿ ਸਹਿ ਸੁਭਾਅ ਕਹਿ ਹੋ ਗਿਆ, ਉਹਨਾਂ ਨੇ ਭਾਈ
मीडिया नूं चक लिया, कहिंदे मीडिया वाले अपनी खबरां नूं चमकाउण वास्ते इह साडे आले दुआले भज्जे फिरदे आ। ते उत्थे इक कुछ क मीडिया वाले लोकां दा वी तर्क है कि पंजाब च मीडिया वाले होए बहुत गए, जना खड़ा मीडिया वाला बनिया फिरदा। हुण कई सोशल मीडिया दे उपर अखबार चलाई जांदे आ, रेडियो टीवी चलाई जांदे आ, विच साडे वर्गे वी आ जिन्हां कोले कोई डिग्री नहीं, कोई उहदा तजर्बा नहीं, ਉਹ ਵੀ ਪੱਤਰਕਾਰ ਬਣੇ ਆ। ਸਾਰੇ ਸਿੱਧੂ ਦੇ ਇੱਕ ਮੋਬਾਈਲ ਖਰੀਦਿਆ, ਇੱਕ ਮੈਕ ਖਰੀਦਿਆ, ਬਣ ਗਏ ਜੀ ਪੱਤਰਕਾਰ। ਇਸ ਤਰ੍ਹਾਂ ਦੇ ਬੜੇ ਲੋਕ ਨੇ ਜਿਹੜੇ ਕਿ ਪੱਤਰਕਾਰੀਆਂ ਕਰਦੇ ਨੇ। ਇਹ ਸਭ ਦੇ ਵਿੱਚ ਉਹ ਪੱਤਰਕਾਰ ਦੱਬ ਕੇ ਰਹਿ ਗਏ ਜਿਨ੍ਹਾਂ ਨੇ ਇਸ ਚੀਜ਼ ਦੇ ਉੱਪਰ ਸਟੱਡੀ ਕੀਤੀ ਹੈ, ਕੋਰਸ ਕੀਤੇ ਨੇ, ਮਾਸ ਮੀਡੀਆ ਦੇ ਕੋਰਸ ਕੀਤੇ ਨੇ, ਜਰਨਲਿਜ਼ਮ ਕੀਤੀ ਹੈ, ਫਿਰ ਉਹਨਾਂ ਨੇ ਕਲਾਸਾਂ ਅਟੈਂਡ ਕੀਤੀਆਂ, ਫਿਰ ਉਹਨਾਂ ਨੂੰ ਪਤਾ ਵੀ ਸਾਡੀ ਹੱਦ ਕਿੱਥੇ ਤੱਕ ਜਾਂਦੀ ਹੈ, ਅਸੀਂ ਕਿੱਥੇ ਕੁ ਤੱਕ ਜਾ ਕੇ ਬੋਲ ਸਕਦੇ ਹਾਂ, ਕਿਸ ਦੇ ਉੱਪਰ ਅਸੀਂ ਕੀ ਦੋਸ਼ ਲਗਾ ਸਕਦੇ ਹਾਂ, ਕੌਣ ਬੰਦਾ ਸਾਡੇ ਨਾਲ ਕੀ ਗੱਲ ਕਰ ਸਕਦਾ, ਕਿਸ ਹਦੂਦ ਦੇ ਅੰਦਰ ਅਸੀਂ ਇਸ ਨੂੰ ਫਲਮਾਂਕਣ ਕਰ ਸਕਦੇ ਹਾਂ, ਕਿਸ ਹਦੂਦ ਦੇ ਵਿੱਚ ਜਾ ਕੇ ਇਸ ਨੂੰ ਲਿਖ ਸਕਦੇ ਹਾਂ। ਪਰ ਅੱਜ ਕੱਲ੍ਹ ਹਰੇਕ ਹੀ ਪੱਤਰਕਾਰ ਬਣਿਆ। ਸੋ ਇੱਕ ਪਾਸੇ ਦੇਖਿਆ ਜਾਵੇ ਤਾਂ ਬੋਲਣ ਦਾ ਹੱਕ ਸਾਰਿਆਂ ਨੂੰ ਹੈ, ਜਿੱਥੇ ਬੋਲਣ ਦੀ ਗੱਲ ਹੈ ਉੱਥੇ ਸਿੱਧੂ ਮੂਸੇਵਾਲੇ ਨੂੰ ਭਾਈ ਬੋਲਣ ਦਾ ਹੱਕ ਹੈ, ਉਹ ਵੀ ਅਸਲ ਨੂੰ ਭਾਰਤ ਦਾ ਇੱਕ ਨਾਗਰਿਕ ਹੈ, ਅਤੇ ਸਾਡਾ ਸੰਵਿਧਾਨ ਕਹਿੰਦਾ ਭਾਈ ਆਜ਼ਾਦੀ ਆ, ਤੁਸੀਂ ਹਰੇਕ ਗੱਲ ਬੋਲ ਸਕਦੇ ਹਾਂ। ਪਰ ਬੋਲਣ ਦਾ ਇੱਕ ਢੰਗ ਹੁੰਦਾ ਕਿ ਢੰਗ ਕਿਵੇਂ ਕਿਸ ਚੀਜ਼ ਨੂੰ ਪ੍ਰੈਜੈਂਟ ਕਰਨਾ। ਪਰ ਸਿੱਧੂ ਦਾ ਜਿਹੜਾ ਪ੍ਰੈਜੈਂਟੇਸ਼ਨ ਸੀ ਉਹ ਭਾਈ ਫੇਰ ਉਹੀ ਦੇਸੀ ਢੰਗ ਦੇ ਨਾਲ ਸੀ, ਐਂ ਕਰ ਦਿਆਂਗੇ, ਚੱਕ ਦਿਆਂਗੇ, ਦੱਬ ਲਿਆਂਗੇ। ਹੁਣ ਭਾਈ ਇਹ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਈ। ਕਿਵੇਂ ਪਹੁੰਚੀ ਹੈ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਦੇ ਵਿੱਚ ਚੰਡੀਗੜ੍ਹ ਤੋਂ ਜਰਨਲਿਜ਼ਮ ਯੂਨੀਅਨ ਦੇ ਮੁੱਖ ਮੰਤਰੀ ਨਾਲ ਸੰਪਰਕ ਕੀਤਾ, ਸ਼ਿਕਾਇਤ ਦਿੱਤੀ ਹੈ। ਯੂਨੀਅਨ ਦੇ ਜਿਹੜੇ ਵਫਦ ਨੇ ਮੰਗਲਵਾਰ ਨੂੰ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਵਫਦ ਯੂਨੀਅਨ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਹੈਰਾਨੀ ਦੀ ਗੱਲ ਇਹ ਆ ਵੀ ਜਿੱਥੇ ਇੰਨੇ ਵੱਡੇ ਵੱਡੇ ਜਿਹੜੇ ਪਰਚੇ ਸਿੱਧੂ ਮੂਸੇਵਾਲੇ ਦੇ ਉੱਪਰ ਹੋਏ ਹੋਏ ਹੈ, ਪੰਜਾਬ ਪੁਲਿਸ ਹਜੇ ਵੀ ਕਹੀ ਜਾਂਦੀ ਹੈ ਜੀ ਉਹ ਲੱਭ ਨਹੀਂ ਹੁੰਦਾ। ਪਿੱਛੇ ਜੇ ਨਾਭੇ ਉਹ ਬਾਰਡਰ ਗੇਟ ਦੇ ਉੱਪਰ ਆਇਆ, ਉੱਥੇ ਪੁਲਿਸ ਵਾਲਿਆਂ ਨੇ ਇੱਕ ਦੋ ਚਲਾਨ ਜੇ ਕੱਟੇ ਆ ਜੀ, ਕੱਟ ਕੁੱਟ ਕੇ ਫੋਟੋਆਂ ਫੋਟੋਆਂ ਤਰਾ ਲਈਆਂ, ਪੰਜ ਸੱਤ ਲੋਕਾਂ ਨੇ ਉੱਥੇ ਫੋਟੋਆਂ ਫੋਟੋਆਂ ਤਰਾ ਕੇ ਘਰਾਂ ਨੂੰ ਭੇਜ ਤਾ, ਕਹਿੰਦੇ ਜਾਓ ਜੀ, ਉੱਥੇ ਕੋਈ ਗ੍ਰਿਫਤਾਰੀ ਨਹੀਂ ਹੋਈ। ਹੁਣ ਮੀਡੀਆ ਵਾਲਿਆਂ ਦੇ ਵਿੱਚ ਇਹ ਰੋਸ ਆ ਵੀ ਜਿੱਥੇ ਭਾਈ ਐਡੇ ਐਡੇ ਪਰਚੇ ਉਹਦੇ ਉੱਪਰ ਹੋਏ ਪਏ ਆ, ਤੁਸੀਂ ਉਹਨੂੰ ਫੜਦੇ ਕਿਉਂ ਨਹੀਂ? ਕੀ ਭਾਈ ਇਹ ਕਾਨੂੰਨ ਸਿਰਫ ਗਰੀਬ ਲੋਕਾਂ ਵਾਸਤੇ ਬਣਿਆ, ਮਿਡਲ ਕਲਾਸ ਲੋਕਾਂ ਵਾਸਤੇ ਕਾਨੂੰਨ ਬਣਿਆ? ਇਹੀ ਪਰਚਾ 751 ਦਾ ਕਿਤੇ ਮੇਰੇ ਵਰਗੇ ਪਰ ਹੋਇਆ ਹੁੰਦਾ, ਹੁਣ ਤੱਕ ਪੁਲਿਸ ਵਾਲੇ ਨੇ ਮੁੱਦਾ ਕਰਕੇ ਪਾਇਆ ਹੋਣਾ ਸੀ ਮੈਨੂੰ। ਤੇ ਕੀ ਇਹ ਇੱਕ ਵੱਡੀ ਪਾਵਰ ਕਿਸ ਗੱਲ ਨੂੰ ਲੈ ਕੇ ਹੈ ਜਿੱਥੇ ਇਸ ਬੰਦੇ ਦੇ ਉੱਪਰ ਕੋਈ ਐਕਸ਼ਨ ਨਹੀਂ ਹੈ? ਇਹ ਸਭ ਗੱਲਾਂ ਜਰਨਲਿਜ਼ਮ ਵੱਲੋਂ ਕੀਤੀਆਂ ਗਈਆਂ ਨੇ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ, ਇਹਨਾਂ ਸੰਸਥਾਵਾਂ ਨੇ ਇਹ ਗੱਲ ਕੀਤੀ ਹੈ। ਡੀਜੀਪੀ ਸਾਹਿਬ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਸੀ। ਇਹ ਕੋਈ ਮਾੜੀ ਮੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਜਦੋਂ ਬਲਦੇਵ ਸਿੰਘ ਜਦੋਂ ਨਵੇਂ ਸ਼ਹਿਰ ਦੇ ਵਿੱਚ ਕੋਰੋਨਾ ਪਾਜ਼ਿਟਿਵ ਆਇਆ ਸੀ ਉਦੋਂ, ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਵਿਵਾਦ ਖੜਾ ਕਰ ਲਿਆ, ਕਹਿੰਦੇ ਯਾਰ ਸਾਡੇ ਪਿੰਡ ਦੀ ਬਦਨਾਮੀ ਹੁੰਦੀ ਆ, ਪੰਜਾਬ ਦੇ ਡੀਜੀਪੀ ਸਾਹਿਬ ਇਹ ਕਹਿੰਦੇ ਜੀ ਇਹ ਗਾਣੇ ਨੂੰ ਪ੍ਰਮੋਟ ਕਰੀ ਜਾਂਦੇ, ਫਿਰ ਹਾਰ ਕੇ ਡੀਜੀਪੀ ਸਾਹਿਬ ਨੇ ਉਹ ਗਾਣਾ ਰਿਮੂਵ ਕੀਤਾ ਸੀ। ਸੋ ਇਹ ਇੱਕ ਵੱਡਾ ਮਸਲਾ ਬਣ ਗਿਆ ਸਿੱਧੂ ਮੂਸੇਵਾਲਾ। ਪੰਜਾਬ ਦੇ ਵਿੱਚ ਖੈਰ ਸਿੱਧੂ ਨਾਂ ਦਾ ਸ਼ਬਦ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਈ ਮਸਲਿਆਂ ਦੇ ਅੰਦਰ ਸੂਤ ਨਹੀਂ ਆਉਂਦਾ। ਸੋ ਇਹ ਕਹਿ ਲਓ ਜੀ ਹੁਣ ਪੱਤਰਕਾਰ ਵੀ ਭਾਈ ਸਿੱਧੂ ਮੂਸੇਵਾਲੇ ਦੇ ਖਿਲਾਫ਼ ਹੋ ਗਏ। ਬਰਨਾਲੇ ਦੇ ਵਿੱਚ ਕੱਲ੍ਹ ਮੰਗ ਪੱਤਰ ਦੇ ਕੇ ਆਏ ਪੱਤਰਕਾਰ, ਉਹ ਕਹਿੰਦੇ ਭਾਈ ਜੇ ਤੁਸੀਂ ਸਿੱਧੂ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਅਸੀਂ ਪੰਜਾਬ ਪੁਲਿਸ ਦਾ ਬਾਈਕਾਟ ਕਰ ਦਾਂਗੇ, ਅਸੀਂ ਪੰਜਾਬ ਪੁਲਿਸ ਦੀ ਕੋਈ ਖ਼ਬਰ ਹੀ ਨਹੀਂ ਲਾਉਣੀ। ਹੁਣ ਕੀ ਬਣਦਾ ਦੇਖੋ। ਖੈਰ ਪੱਤਰਕਾਰਾਂ ਨਾਲ ਇਸ ਤਰ੍ਹਾਂ ਵਿਵਹਾਰ ਸਿੱਧੂ ਮੂਸੇਵਾਲੇ ਵਾਸਤੇ ਚੰਗਾ ਨਹੀਂ ਹੈ, ਕਿਉਂਕਿ ਮੀਡੀਆ ਇੱਕ 6ਵਾਂ ਸਤੰਭ ਮੰਨਿਆ ਜਾਂਦਾ। ਪਰ ਕਿੰਨੇ ਕੁ ਪੱਤਰਕਾਰ ਆਜ਼ਾਦੀ ਨਾਲ ਲਿਖਦੇ ਆ, ਕਿੰਨੇ ਕੁ ਸੱਚ ਬੋਲਦੇ ਆ, ਕਿੰਨੇ ਕੁ ਝੂਠ ਬੋਲਦੇ ਆ, ਇਹ ਤਾਂ ਤੁਸੀਂ ਆਪ ਖੁਦ ਇਸ ਚੀਜ਼ ਦਾ ਵਿਸ਼ਲੇਖਣ ਕਰ ਸਕਦੇ ਆ, ਤੁਹਾਨੂੰ ਖੁਦ ਪਤਾ ਹੈ, ਆਮ ਬੰਦੇ ਨੂੰ ਹਰੇਕ ਨੂੰ ਪਤਾ ਕਿ ਹੋਣ ਵਾਲਾ ਤੇ ਕੀ ਬਣੂਗਾ। ਚਲੋ ਖੈਰ ਹੁਣ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਭਾਈ ਪ੍ਰਾਈਵੇਟ ਲੈਬਾਂ ਦੇ ਵਿੱਚ, ਜਿੱਥੇ ਅੰਮ੍ਰਿਤਸਰ ਦੇ ਲੋਕਾਂ ਨੂੰ ਪ੍ਰਾਈਵੇਟ ਲੈਬਾਂ ਵਾਲਿਆਂ ਨੇ ਕਾਫੀ ਚੱਕਰਾਂ 'ਚ ਪਾ ਲਿਆ। ਪ੍ਰਾਈਵੇਟ ਲੈਬਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਲੁੱਟ ਖਸੁੱਟ ਦਾ ਮਾਮਲਾ ਲਗਾਤਾਰ ਵਧੀ ਜਾਂਦਾ, ਜਿਸ ਦੇ ਵਿੱਚ ਕੋਰੋਨਾ ਪੋਜ਼ਿਟਿਵ ਦੀਆਂ ਸ਼ਿਕਾਇਤਾਂ ਜੋ ਨਿਕਲ ਕੇ ਆਈਆਂ। ਕਈ ਬੰਦੇ ਕਹਿੰਦੇ ਜੀ ਅਸੀਂ ਪ੍ਰਾਈਵੇਟ ਲੈਬਾਂ ਤੋਂ ਟੈਸਟ ਕਰਾਏ ਆ, ਸਾਡੇ ਟੈਸਟ ਉਹਨਾਂ ਨੇ ਜੀ ਨੈਗੇਟਿਵ ਕੱਢਤੇ, ਮੁੜ ਕੇ ਪਤਾ ਲੱਗਿਆ ਜੀ ਉਹ ਬੰਦੇ ਪੋਜ਼ਿਟਿਵ ਸੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਕੇਸ ਅੰਮ੍ਰਿਤਸਰ ਦੇ ਵਿੱਚ ਹੈ। ਸੋ ਅੰਮ੍ਰਿਤਸਰ ਦੇ ਲੋਕਾਂ ਨੂੰ, ਅੰਮ੍ਰਿਤਸਰੀਆਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਹੋਈ ਕੀ ਜਾਂਦਾ।
प्रशासन कहना कहता जी असि टेस्ट पूरे वधिया करी जांदे आ पर उत्थे ही हुण इस तरह दीआं खबरां ने एक बार फिर पंजाब दे हैल्थ सिस्टम दीआं अंदरलीआं परतां खोलणीआं शुरू करतीआं। तां ही पंजाब सरकार ने प्रशासन दे अधिकारियों ने इस गल दा भरोसा देना पिया उहनां नूं कहिंदे वी जे कोई दोषी पाया गया उहदे खिलाफ कार्रवाई कीती जाऊगी। बुधवार नूं अमृतसर दे रहिण वाले आदित्या दत्ता उर्फ विक्की दत्ता ने उस ਨਾਂ ਦੇ ਵਿਅਕਤੀ ਨੇ ਅੰਮ੍ਰਿਤਸਰ ਪੁਲਿਸ ਦੇ ਵਿੱਚ ਕਮਿਸ਼ਨਰ ਦੇ ਕੋਲ ਆਪਣੀ ਸ਼ਿਕਾਇਤ ਭੇਜੀ ਹੈ। ਉਹ ਕਹਿੰਦਾ ਜੀ ਸ਼ਿਕਾਇਤ ਦੇ ਵਿੱਚ ਕਹਿੰਦਾ ਮੇਰਾ ਸਹੁਰਾ ਕਰੋਨਾ ਟੈਸਟ ਕਰਾਇਆ ਸੀ ਨਿੱਜੀ ਲੈਬ ਦੇ ਵਿੱਚ ਜਾ ਕੇ ਨਿੱਜੀ ਲੈਬ 'ਚ ਕਰਾਇਆ ਉਹਨਾਂ ਨੇ ਰਿਪੋਰਟ ਪੋਜ਼ਿਟਿਵ ਦਿੱਤੀ ਹੈ ਫਿਰ ਅਸੀਂ ਉਹਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਤਾ ਉਹਦੇ ਨਾਲ ਹੀ ਸੰਪਰਕ ਵਿੱਚ ਆਏ ਉਹਨਾਂ ਦੀ ਪਤਨੀ ਅਤੇ ਹੋਰ ਜਿਹੜੇ ਲੋਕ ਸੀ ਉਹ ਵੀ ਕਰੋਨਾ ਵਾਇਰਸ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਵੀ ਅਸੀਂ ਭਾਈ ਉੱਥੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਕਰਾਇਆ ਫਿਰ ਰਿਪੋਰਟਾਂ ਕਰਾਈਆਂ ਕੁਛ ਹੋਰ ਆ ਗਿਆ ਕੁਛ ਹੋਰ ਆ ਗਿਆ ਸਮਥਿੰਗ ਲੱਗਿਆ ਜੀ ਬਣ ਕੀ ਜਾਂਦਾ। ਚਲੋ ਖੈਰ ਪੰਜਾਬ ਦੇ ਵਿੱਚ ਇਸ ਮਾਮਲੇ ਨੇ ਵੀ ਹੁਣ ਤੂਲ ਫੜ ਲਿੱਤਾ। ਤਿੰਨ ਵੱਡੇ ਮਾਮਲੇ ਹੋ ਗਏ ਪੰਜਾਬ 'ਚ ਬਹਿਬਲ ਗੋਲੀਕਾਂਡ ਉਸ ਤੋਂ ਬਾਅਦ ਦੂਜਾ ਵੱਡਾ ਮਾਮਲਾ ਸਿੱਧੂ ਮੂਸੇਵਾਲਾ ਤੀਜਾ ਹੁਣ ਪ੍ਰਾਈਵੇਟ ਲੈਬਾਂ 'ਚ ਇਹ ਕੰਮ ਜਿਹੜੇ ਭਾਈ ਟੈਸਟ ਨੈਗੇਟਿਵ ਪੋਜ਼ਿਟਿਵ। ਹੁਣ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਲੱਦਾਖ ਚੀਨ ਦੇ ਵਿੱਚ ਚੀਨ ਤੇ ਭਾਰਤ ਦੀ ਸਰਹੱਦ ਦੇ ਉੱਪਰ ਤੁਹਾਨੂੰ ਪਤਾ ਪਿਛਲੇ ਦਿਨੀ ਸੋਮਵਾਰ ਰਾਤ ਨੂੰ ਕਾਫੀ ਝੜਪਾਂ ਹੋਈਆਂ ਨਾ ਗੋਲੀਆਂ ਚੱਲੀਆਂ ਨਾ ਚੱਲੀਆਂ ਬੰਦੂਕਾਂ ਨਾ ਚੱਲੀਆਂ ਟੈਂਕ ਨਾ ਚੱਲੀਆਂ ਤੋਪਾਂ ਰੋੜਿਆਂ ਦੇ ਨਾਲ ਪੱਥਰਾਂ ਦੇ ਨਾਲ ਡੰਡਿਆਂ ਦੇ ਨਾਲ ਲਾਠੀਆਂ ਦੇ ਨਾਲ ਭਾਗ ਇੱਕ ਪਾਸੇ ਚੀਨ ਵਾਲੇ ਇੱਕ ਪਾਸੇ ਭਾਰਤ ਵਾਲੇ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ। ਕਹਿੰਦੇ ਜੀ ਕਾਫੀ ਉੱਥੇ ਪੁਲਿਸ ਵਾਲੇ ਇੱਕ ਮੇਜਰ ਜਨਰਲ ਜਿਹੜੇ ਕਿ ਮੇਜਰ ਸਾਹਿਬ ਸੀ ਉੱਥੇ ਉਹ ਕਰਨਲ ਸਾਹਿਬ ਕਿ ਕਰਨਲ ਸੀ ਉੱਥੇ ਫੌਜ ਦੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਨਾਲ ਦੋ ਹੋਰ ਜਿਹੜੇ ਸਿਪਾਹੀ ਸੀ ਉਹ ਵੀ ਸ਼ਹੀਦ ਹੋ ਗਏ ਜੀ ਇਸ ਪੂਰੀ ਝੜਪ ਦੇ ਵਿੱਚ। ਹੋਰ ਵੀ ਕਾਫੀ ਦੱਸੀ ਜਾ ਰਹੇ ਕਵੀ ਕਦੇ ਖਬਰਾਂ ਵਾਲੇ ਕਹਿੰਦੇ ਜੀ ਉਹ ਲਾਪਤਾ ਹੋ ਗਏ ਕਈ ਸੈਨਿਕ ਲੱਭੀ ਜਾਂਦੇ ਆ ਤੇ ਫੌਜ ਵਾਲੇ ਕਹਿੰਦੇ ਜੀ ਅਜੇ ਸਾਡੀ ਗੱਲਬਾਤ ਚੱਲੀ ਜਾਂਦੀ ਹੈ ਪਰ ਰਿਜ਼ਲਟ ਕਿਸੇ ਪਾਸਿਓਂ ਕੋਈ ਨਿਕਲ ਨਹੀਂ ਰਿਹਾ। ਚੀਨ ਦੇ ਵਿੱਚ ਚੀਨ ਜਿੱਦ ਕਰਕੇ ਖੜਾ ਬਈ ਮੈਂ ਜਿਹੜੀ ਗੱਲ ਕਹਿਤੀ ਉਹ ਕਰ ਲਈ। ਹੁਣ ਸੀਨੀਅਰ ਕਮਾਂਡਰਾਂ ਦੀ ਮੀਟਿੰਗ ਹੋਊਗੀ ਮੰਗਲਵਾਰ ਨੂੰ ਦੋਵੇਂ ਦੇਸ਼ਾਂ ਦੇ ਫੌਜਾਂ ਦੇ ਡਿਵੀਜ਼ਨਲ ਬੈਠਕਾਂ ਜਿਹੜੀਆਂ ਕੀਤੀਆਂ ਗਈਆਂ ਮੁਲਾਕਾਤ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀ ਜਿਹੜੀ BPM ਹੱਟ ਹੈ ਉਹਦੇ 'ਚ ਇਹ ਸਾਰੀ ਮੀਟਿੰਗਾਂ ਚੱਲੀਆਂ। ਚੀਨ ਕਮਾਂਡਰ ਜਿਹੜੇ ਨੇ ਉਹਨਾਂ ਨੇ ਇਸ ਗੱਲ ਤੋਂ ਅੜੇ ਹੋਏ ਨੇ ਕਿ ਭਾਰਤ ਨੂੰ ਸਰਹੱਦੀ ਇਲਾਕਿਆਂ 'ਚ ਸੜਕ ਰੱਖਿਆ ਮਜ਼ਬੂਤੀ ਕਰਨੀ ਜਿਹੜੀ ਆ ਉਹ ਬੰਦ ਕਰੋ ਸੜਕਾਂ ਬਣਾਈਆਂ ਨੇ ਭਾਰਤ ਵਾਲੇ ਕਹਿੰਦੇ ਜੀ ਬੰਦ ਕਰੋ ਚੀਨ ਵਾਲੇ ਕਹਿੰਦੇ ਭਾਰਤ ਵਾਲੇ ਕਹਿੰਦੇ ਸਾਡੀ ਆਪਣੀ ਜਗ੍ਹਾ ਅਸੀਂ ਆਪਣੀ ਜਗ੍ਹਾ ਸੜਕਾਂ ਬਣਾਉਂਦੇ ਤੁਹਾਨੂੰ ਵੀ ਤਕਲੀਫ ਆ ਬਾਈ ਉਡੇ ਕੇ ਢਿੱਡ ਪੀੜ ਹੁੰਦੀ ਆ। ਇਸ ਗੱਲ ਨੂੰ ਲੈ ਕੇ ਭਾਈ ਚੀਨ ਵਾਲੇ ਹੁਣ ਸਰਗਰਮ ਹੋਏ ਆ। ਉੱਧਰ ਭਾਰਤ ਚੀਨ ਨੇ ਆਪਣਾ ਪੱਖ ਵੀ ਦੱਸਿਆ ਸੂਤਰਾਂ ਨੇ ਦੱਸੀ ਹੈ ਕਹਿੰਦੇ ਭਾਰਤੀ ਸੈਨਾ ਦੀ ਬੈਠਕ ਚੀਨੀ ਜੋ ਹਮਰੁਤਬਾ ਜੋ ਉਹਨਾਂ ਦੀਆਂ ਦੋ ਮੰਗਾਂ ਨੇ ਪਹਿਲੀ ਮੰਗ ਚੀਨ 'ਚ ਫੌਜ ਨੂੰ ਜਿਹੜਾ ਕਿ ਗਲਵਨ ਵੈਲੀ ਗੋਗਰਾ ਫਿੰਗਰ ਖੇਤਰ 'ਚ ਸਥਾਪਿਤ ਨਵੇਂ ਕੈਂਪ ਜਿਹੜੇ ਬਣਾਏ ਨੇ ਉੱਥੋਂ ਹਟਾਉਣ ਉਹਨਾਂ ਨੂੰ ਉੱਥੋਂ ਹਟਾਇਆ ਜਾਣਾ ਚਾਹੀਦਾ। ਚੀਨ ਦੇ ਇਹ ਮੰਗ ਮੰਨਣ ਤੋਂ ਇਨਕਾਰ ਕੀਤੀ ਆ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਭਾਈ ਸਾਡੀ ਜਗ੍ਹਾ ਇਹ ਰੌਲਾ ਚੱਲਦਾ। ਹੁਣ ਭਾਰਤ ਤਿੰਨ ਪਾਸੇ ਉਹ ਘਿਰ ਗਿਆ ਇੱਕ ਪਾਸੇ ਸਭ ਤੋਂ ਪਹਿਲਾਂ ਪਾਕਿਸਤਾਨ ਨਾਲ ਪੁਰਾਣਾ ਇਹਨਾਂ ਦਾ ਰਿਸ਼ਤਾ ਕਦੇ ਵੀ ਉੱਥੇ ਹੱਲ ਵਸਾਲ ਨਹੀਂ ਹੋਇਆ ਹਮੇਸ਼ਾ ਹੀ ਗੋਲੀਬਾਰੀ ਛੁਟਪੁਟ ਘਟਨਾ ਸੀਜ਼ ਫਾਇਰ ਦੀਆਂ ਘਟਨਾਵਾਂ ਇੰਨੀਆਂ ਹੋ ਚੁੱਕੀਆਂ ਕਹਿੰਦੇ ਜੀ ਬਦਸ਼ਰਮੀ ਵਾਲਾ ਪੱਲਾ ਹੀ ਝਾੜਤਾ ਪਾਕਿਸਤਾਨ ਵਾਲਿਆਂ ਨੇ ਸੀਜ਼ ਫਾਇਰ ਦੀਆਂ ਉਲੰਘਣਾ ਇੱਦਾਂ ਕਰ ਲੈਣੇ ਦੀਵਾਲੀ ਨੂੰ ਪਟਾਕੇ ਚਲਾਉਣੇ ਹੁੰਦੇ ਇਹਨਾਂ ਨੇ। ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਿਆ ਜੀ ਹੁਣ ਚੀਨ ਚੀਨ ਦੀ ਬਾਰਡਰ ਲੱਗਦਾ ਜਿੱਥੇ ਉਹ ਚੀਨ ਵਾਲੇ ਵੀ ਭਾਈ ਇੰਡੀਆ ਨਾਲ ਅੱਖਾਂ ਦਿਖਾਉਂਦੇ ਆ ਰਹਿੰਦੀ ਖੁਦ ਹੀ ਗੱਲ ਹੈ। ਹੁਣ ਜਿਹੜੀ ਕਿ ਨੇਪਾਲ ਵਾਲੇ ਉਹ ਵੀ ਨਕਸ਼ੇ 'ਚ ਆਪਣੇ ਕੱਢੀ ਜਾਂਦੇ ਇਲਾਕੇ ਨੂੰ ਸਾਡਾ ਇਲਾਕਾ ਜੀ ਹੁਣ ਸਭ ਤੋਂ ਬਾਹਰ ਹੈ ਵੀ ਤਿੰਨ ਇਲਾਕੇ ਜਿਹੜੇ ਭਾਈ ਭਾਰਤ ਨੂੰ ਅੱਖਾਂ ਦਿਖਾਉਣ ਲੱਗ ਗਏ ਪਾਕਿਸਤਾਨ ਚੀਨ ਨੇਪਾਲ ਇਹਨਾਂ ਦਾ ਕੋਈ ਠੋਸ ਹੱਲ ਕੱਢਣਾ ਪੈਣਾ। ਉੱਧਰ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਭਾਈ ਸ਼ਾਂਤੀ ਰੱਖੋ ਵਾਲੇ WHO ਕਹਿੰਦਾ ਭਾਈ ਸ਼ਾਂਤੀ ਰੱਖੋ ਤੁਹਾਡੇ ਹੋਇਆ ਕੀ ਹੈ ਤੁਸੀਂ ਕਰੀ ਕੀ ਜਾਂਦੇ ਆ। ਚਲੋ ਖੈਰ ਹੁਣ ਦੇਖਣਾ ਹੋਊਗਾ ਇਸ ਪੂਰੇ ਮਾਮਲੇ 'ਚ ਕੀ ਰਿਜ਼ਲਟ ਨਿਕਲ ਕੇ ਆਉਂਦੇ ਆ। 19 ਤਰੀਕ ਨੂੰ ਜਿੱਥੇ ਤੱਕ ਮੇਰੀ ਨੌਲੇਜ ਦੇ ਵਿੱਚ ਹੈ 19 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇੱਕ ਮੀਟਿੰਗ ਕਰਨ ਲੱਗੇ ਆ ਇਸ ਚੀਜ਼ ਨੂੰ ਲੈ ਕੇ ਵੀ ਕਰਨਾ ਕੀ ਹੈ। ਚਲੋ ਖੈਰ ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦਾ ਵੱਡਾ ਪੰਜਾਬੀ ਖਬਰਨਾਮਾ। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ ਦੇਸ਼ ਦੁਨੀਆ ਦੀਆਂ। ਬਾਕੀ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਸਾਡੀ ਵੈਬਸਾਈਟ www.aajnewswala.com ਦੇ ਉੱਪਰ ਵੀ ਜਾ ਸਕਦੇ ਆ ਤੇ ਪਰਮਜੀਤ ਸਿੰਘ ਭਗਨੇ ਨੂੰ ਦੋ ਜਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰਦਾਰ ਗੁਰਜੀਤ ਸਿੰਘ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ।
मनचाया काम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नू अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच तोखा, सोतन जा दुश्मन तो छुटकारा, हर समस्या दा कर बैठे समाधान करवाओ। सरदार गुरजीत सिंह, अच्छी फोन करो